ਬੜਾ ਪਿਆ ਸਾਰੇ ਮੁਹੱਲੇ 'ਚ ਐਜ ਯੂਜੁਅਲ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਅਸਲਾਮ ਅਲੈਕੁਮ ਵੀਵਰਸ, ਉਮੀਦ ਕਰਨਾ ਹੈ ਸਾਰੇ ਠੀਕ ਹੋ ਸੋ, ਅੱਲਾਹ ਤਾਲਾ ਨੇ ਪਨਾਹ ਚੁਸੋ। ਮੈਸਨ ਮੇਜ਼ਬਾਨ ਵਕਾਰ ਅਹਿਮਦ ਤਕੀਰੇ, ਆਪਣਾ ਫੈਮਿਲੀ ਯੂਟਿਊਬ ਚੈਨਲ ਡਡਿਆਲ ਵਾਈਬਸ। ਵੀਵਰਸ, ਕਲੋਡੀ ਵੈਦਰ ਅੱਲਾ ਕਾ ਤਿੰਨ ਸਾਰ ਹੋਈ ਹੋਇਆ, ਮੁੰਡਿਆਂ ਨੇ ਦੁਕਾਨੇ ਪੁੱਛਣਾ ਪਿਆ, ਬਾਕੀ ਬਾਰਿਸ਼ ਵੀ ਰਾਤੀ ਬੇਤਹਾਸ਼ਾ ਹੋਈ, ਥੋੜ੍ਹਾ ਥੋੜ੍ਹਾ ਟੁਰਨਾ ਹੈ ਹੁਣ, ਤਾਂ ਕਿ ਜਿਹੜਾ ਹੈ ਨਾ ਲੱਤ ਨਾਲ ਬੈਟਰੀ ਨਾਰਮਲ ਹੋ ਜਾਏ। ਜਨਾਬ ਲਵੇ ਵੀ ਇਹ ਬਾਹਲਾ ਪਿਆ, ਬੱਕਰੀਆਂ ਜਿਹੜੀਆਂ ਨਾ ਇਹ ਖਾਈ ਜਾਣੀਆਂ। ਓਹੋ ਬਿਲਕੁਲ ਜਾਣਾ, ਚਾਰ ਬੂਟੇ ਇੱਥੇ ਲੱਗੇ ਵੇ ਸਨ, ਤਾਂ ਚਾਰ ਬੂਟੇ ਜਿਹੜੇ ਨਾ ਇਹ ਖਾਈ ਰਹੀਆਂ ਬੱਕਰੀਆਂ, ਤਾਂ ਹੁਣ ਜਿਹੜਾ ਨਾ ਇਸ ਬੂਟੇ ਵਾਲੇ ਪਾਸਾ ਵੀ ਆਈਆਂ ਵਸਨ, ਲੇਕਿਨ ਇਹ ਅਸੀਂ ਕਵਰ ਕਰਨਾ ਪਿਆ। ਬਾਕੀ ਅੱਜ ਮਿਲਾਦ ਸਿਫਰੇ ਵਾਲੇ ਨਾਲ ਰਿਲੀਜ਼ ਸੀ, ਕਿਉਂਕਿ ਪਤਾ ਕਿ ਮੈਂ ਪਤਾ ਨਹੀਂ ਜਾਈ ਸਕਿਆ, ਲੇਕਿਨ ਮੈਂ ਚਾਰ ਪੰਜ ਦੇ ਮੋਟਰਸਾਈਕਲ ਲੈਣਾ ਤਾਂ ਭੇਜਣ ਲਗਾ ਮਾਰਕੀਟ ਤੋਂ, ਜਿਹੜੀ ਸ਼ਿਰਕਤ ਇਨਸ਼ਾਅੱਲਾ ਹੋ ਜਾਸੀ। ਬਾਕੀ ਇਨਸ਼ਾਅੱਲਾ ਰੈਲੀ ਲਾ ਇੱਧਰ ਸੀ, ਸੋ ਕਿ ਉਸ ਰੈਲੀ ਨੇ ਵੀ ਮਨਾਜ਼ਰ ਚੈੱਕ ਕਰਾਇਆ ਜਾ ਸਕਣ। ਬਾਕੀ ਅੱਜ ਮਿਲਾਦ ਸਿਫਰੇ ਵਾਲੇ ਨਾਲ ਰੈਲੀ ਸੀ, ਕਿਉਂਕਿ ਪਤਾ ਕਿ ਮੈਂ ਪਤਾ ਨਹੀਂ ਜਾਈ ਸਕਿਆ, ਲੇਕਿਨ ਮੈਂ ਚਾਰ ਪੰਜ ਦੇ ਮੋਟਰਸਾਈਕਲ ਲੈਣਾ ਭੇਜਣ ਲਗਾ ਮਾਰਕੀਟ ਤੋਂ, ਜਿਹੜੀ ਸ਼ਿਰਕਤ ਇਨਸ਼ਾਅੱਲਾ ਹੋ ਜਾਸੀ। ਬਾਕੀ ਇਨਸ਼ਾਅੱਲਾ ਰੈਲੀ ਲਾ ਇੱਧਰ ਸੀ, ਸੋ ਕਿ ਉਸ ਰੈਲੀ ਨੇ ਵੀ ਮਨਾਜ਼ਰ ਚੈੱਕ ਕਰਾਇਆ ਜਾ ਸਕਣ। ਅੱਜ ਨਾ ਦਿਹਾੜਾ ਵੈਰੀ ਕੁਆਇਟ ਸੀ, ਇਸਦੀ ਮੇਨ ਵਜ੍ਹਾ ਇਹ ਆਈ ਆ ਕਿ ਬੈਂਕ ਅੱਜ ਬੰਦ ਹੋਣੇ, ਤਾਂ ਸਾਰੇ ਨਾਲ ਅੱਜ ਮੌਜੂਦ ਹਨ ਭਾਈ ਨੁਮਾਨ ਆਏ। ਹਾਂਜੀ, ਸਲਾਮ ਅਲੈਕੁਮ ਨੁਮਾਨ ਸਾਹਿਬ। ਵਾਲੇਕੁਮ ਸਲਾਮ, ਠੀਕ ਹੋ, ਖੈਰ ਖਰੀਅਤ? ਅਲਹਮਦੁਲਿਲਾ, ਮਾਸ਼ਾਅੱਲਾ ਜੀ, ਭਾਈ ਹੋਰ ਵੀ ਨਾਲ ਆਏ ਨਾ, ਤਾਂ ਇਹ ਸਾਲੋਗੇ ਤੁਸਾਂ ਡਡਿਆਲ ਵੀ ਛਣੇ ਹੋ, ਠੀਕ ਹੈ, ਚਕਸਵਾਰੀ ਵੀ ਜਾਣੇ ਹੋ, ਮਿਰਪੁਰ ਚ ਗਾਹੇ ਬਗਾਹੇ ਬੰਦੇ ਨੇ ਰੋਜ਼ਮਰਾ ਦੇ ਮਾਮਲਾਤ, ਸੋ ਕਹਿ ਤੱਕਦੇ ਕਿ ਇੰਗਲੈਂਡ ਦੀਆਂ ਫੈਮਿਲੀਆਂ ਆਈਆਂ ਵਾਂ ਜਾਂ ਕੋਣੀਆਂ ਆਈਆਂ ਵਾਂ, ਥੋੜ੍ਹੀਆਂ ਆਈਆਂ ਵਾਂ? ਆਈਆਂ ਸਨ ਜਿਹੜੀਆਂ ਮੁੜੀ ਗਈਆਂ, ਕਾਫੀ ਜ਼ਿਆਦਾ ਫੈਮਿਲੀਆਂ, ਬਹੁਤ ਜ਼ਿਆਦਾ ਆਈਆਂ ਸਨ, ਬਹੁਤ ਜ਼ਿਆਦਾ ਆਈਆਂ ਸਨ ਮੁੜੀ ਗਈਆਂ, ਤਾਂ ਹੁਣ ਵੀ ਆਏ ਨੇ, ਇਸਲੇ ਵੀ ਆਏ ਬੰਦੇ, ਅਸਾਂ ਨੇ ਮੀਰਪੁਰ ਅਸਾਂ ਦੇ ਪਾਸੇ ਵੀ ਬੰਦੇ ਕਾਫੀ ਆਏ ਨੇ, ਇਸਲੇ ਵੀ ਆਏ ਨੇ। ਵਿਊਵਰਸ, ਜਿਤਨੀ ਮਾਰੀ ਲਾਈਫ ਹੈ ਨਾ, ਜਿਤਨੇ ਸਾਲ ਨਾ ਮੈਂ ਹੈ ਹਾਂ, ਪਹਿਲੀ ਵਾਰ ਐਸੀ ਹੈ ਕਿ ਯਕੀਨ ਕਰੋ ਇਸ ਸੀਜ਼ਨ 'ਚ ਜੂਨ ਜੁਲਾਈ ਅਗਸਤ, ਯਕੀਨ ਕਰੋ ਇਤਨਾ ਬਿਜ਼ੀ ਹੋਣਾ ਨਾ ਕਿ ਸ਼ਾਦੀ ਕੋਣੀ, ਇੱਕ ਸ਼ਾਦੀ ਨੇ ਕਾਰਡ ਆਇਆ, ਡਿਆਲ 'ਚ ਅਸਾਂ ਤੱਕਿਆ ਆਇਆ
ਕਿ ਬਿਲਕੁਲ ਹੀ ਸ਼ਾਦੀਆਂ ਨਾ ਹੋਣੇ ਨੇ ਬਰਾਬਰ ਹੋਈਆਂ। ਤੁਸੀਂ ਸ਼ਾਦੀ ਸ਼ੁਦੀਆਂ ਵੱਲ ਖਾਧੀਆਂ? ਸ਼ਾਦੀਆਂ ਖਾਧੀਆਂ ਨਾਰਮਲ ਹੀ ਹੈ, ਬਹੁਤ ਘੱਟ ਹੀ ਸਨ ਇਸ ਵਾਰ। ਮੈਂ ਇਹ ਬਣਾ ਕਿ ਇਸ ਵਾਰੀ ਸ਼ਾਦੀਆਂ ਬਹੁਤ ਹੀ ਕਮ ਹੋਈਆਂ ਨੇ, ਬਹੁਤ ਕਮ ਹੋਈਆਂ ਵਾਕਿਆ ਹੀ ਹੈਗਾ। ਇਸੇ ਕੀ ਵਜ੍ਹਾ ਆ? ਵਜ੍ਹਾ ਪਤਾ ਨਹੀਂ, ਲੋਕ ਹਨ ਜ਼ਿਆਦਾਤਰ ਮਹਿਲਾ ਕਰਨੇ ਨਿਕਾਹ ਦਾ, ਬਸ ਸਿੰਪਲ ਆਪਣੀ ਫੈਮਿਲੀ ਨੇ ਆਤਾ ਕਰਨੇ ਪੈਣ। ਇਸ ਦੀ ਵਜ੍ਹਾ ਇਹ ਤਾਂ ਨਹੀਂ ਕਿ ਤੁਸੀਂ ਵਿਆਹ ਕਰਨ ਦਾ ਤਾਂ ਸ਼ਾਦੀਆਂ ਘੱਟ ਹੋਈ ਗਈਆਂ? ਇਹ ਵੀ ਹੋਈ ਸਕਣਾ ਤਾਂ। ਬਾਕੀ ਕੱਦੂ ਜੀ ਆਸਾਂ ਕਿ ਤਾਊ ਬਣਾਏ ਰਹੇ ਹੋ? ਜੀ ਜੀ, ਜਲਦ ਇਨਸ਼ਾਅੱਲਾ, ਜਲਦ ਅੱਲਾ ਨੇ ਪਾਕ ਹੈ ਸਰਪ੍ਰਾਈਜ਼ ਰੱਖੇ ਆ ਭੈਣਾਂ ਭਰਾਵਾਂ ਵਾਸਤੇ, ਇਨਸ਼ਾਅੱਲਾ ਜਲਦ। ਕੋਨੀਆ ਅਸਾਂ ਦੁਆ ਗੋਆ ਕਿ ਮਊ ਵਾਸਤੇ ਵੀ ਤਾਂ ਔਲਾਦ ਵਾਸਤੇ ਵੀ, ਹੋ ਬੇਟੀ ਆ ਜਾਂ ਬੇਟਾ ਆ, ਅੱਲਾ ਤਾਲਾ ਦੋਵਾਂ ਵਾਸਤੇ ਮਰਹਲਾ ਆਸਾਨ ਫਰਮਾਏ ਤਾਂ ਸਿਹਤ ਵਾਲੀ ਲੰਬੀ ਜ਼ਿੰਦਗੀ ਉਹਨਾਂ ਦੇ ਦੇਣ ਤਾਂ। ਇਹ ਚਾਚਾ ਬੰਸੀ ਅਲਸੀਬਾ ਖੁਸ਼ ਹੈ ਕੋਨੀ ਜੀ? ਬਹੁਤ ਜ਼ਿਆਦਾ ਖੁਸ਼ੀ ਹੈ। ਕਿਤਨਾ ਕਿਤਨਾ ਆਕਾ ਲਹਿੰਗੇ ਬੜੇ ਸੋਹਣੇ ਆਏ ਨੇ। ਮੈਂ ਚਲੋ ਬਾਕੀ ਦੋਸਤ ਵੀ ਹੈ ਨਾ ਤਾਂ ਇਹਨਾਂ ਨਾਲ ਚੈੱਕ ਕਰਾਉਣੇ ਆ। ਸ਼ਾਦੀ ਕੁਛ ਨਹੀਂ ਹੈ, ਲੇਕਿਨ ਚਲੋ ਇਹ ਤਾਂ ਸਰਪ੍ਰਾਈਜ਼ ਹੀ ਸੀ, ਕੁਛ ਨਹੀਂ ਹੈ ਯਾ ਕੁਛ ਨਹੀਂ ਮੀਨ ਸ਼ਾਹਜੀ ਕਿਆ ਬਾਣੇ ਹੋ? ਇਹ ਸਰਪ੍ਰਾਈਜ਼ ਦਾ ਮੈਂ ਰਿਵੀਲ ਕਰਨਾ ਕਿ ਸ਼ਾਹਰਣੇ ਨੇ ਸ਼ਾਦੀ ਆਈ ਰਹੀ ਇੰਗਲੈਂਡ ਤੋਂ, ਸ਼ਾਦੀ ਕਰੀ ਰਹੀ ਬਹੁਤ ਜਲਦ। ਤੇ ਦੋ ਲਹਿੰਗੇ ਜਿਹੜੇ ਨਾ ਇਹ ਵੀ ਜਨਾਬ ਵਾਲਾ ਸਪੈਸ਼ਲ ਯੂਕੇ ਤੋਂ ਆਏ ਨੇ ਜੀ, ਕਲਰ ਵੀ ਬੜੇ ਸੋਹਣੇ ਤੇ ਕਿਆ ਪਤਾ ਸ਼ਾਹਰਾਂ ਵਾਸਤੇ ਅਗਲੇ ਭੇਜੇ ਹੋਣ। ਨਾ ਨਾ, ਇਹ ਸ਼ਾਹਰਾਂ ਹੈ, ਪੱਕੀ ਗੱਲ ਹੈ ਸ਼ਾਹਰਾਂ। ਸ਼ਾਹਜੀ ਆਨੋ ਹਲਾ ਲਹਿੰਗੇ, ਵਾਹ ਵਾਹ ਸ਼ਾਹ ਸਾਹਿਬ ਲਹਿੰਗੇ ਇਸ ਟਾਈਮ ਕਰੋ ਇਤਨੇ ਪਹਾੜੇ ਨਾ। ਮੈਂ ਤਾਂ ਸੀ ਪਤਾ ਕਿ ਕਿਸੇ ਬੰਦਾ ਬੰਦਾ ਬੱਲੇ ਬੱਲੇ ਠੀਕ ਹੋਣਾ, ਫਿਰ ਮਾਕੂ ਕਲਿਆ ਚਾਉਣ ਵੀ ਨਹੀਂ ਹੋਣੇ ਤਾਂ ਕੋਈ ਦੋ ਜਨਾਬ ਦੇ ਵਾਲਾ ਮੁੱਟੇ ਤਾਜ਼ੇ ਲੰਬੇ ਲੱਕ ਤੁਸੀਂ ਪਤਾ ਕਿ ਇੰਡੀਅਨ ਜਿਹੜੇ ਲਹਿੰਗੇ ਹੋਏ ਨਾ ਹੁਣ ਆਰਟਿਸਟ ਹਾਰਡ ਜਾਲੀ ਲਾਣੇ ਤਾਂ ਕਿ ਲਹਿੰਗਾ ਖਤਰ ਜੀ, ਲਹਿੰਗਾ ਬੜਾ ਸੋਹਣਾ ਆ। ਬੜੀਆਂ ਸਿਸਟਮ ਨੇ ਇਸ ਦੌਰਾਨ ਉਹਨਾਂ ਦੀ ਸ਼ਾਦੀ ਹੋਈ ਜਾਂ ਬੱਚਿਆਂ ਦੀ ਸ਼ਾਦੀ ਹੋਈ ਉਹਨੇ ਪਤਾ ਸੀ ਕਿ ਇਹ ਰੇਟ ਚੱਲਣਾ ਸੀ ਤਾਂ ਇੱਕ ਹੋਰ ਕੰਮ ਹੈ ਬਹੁਤ ਸਾਰਾ। ਔਰ ਬਨਾਰਸੀ ਕੱਪੜਾ ਆ ਤਾਂ ਜਿੱਦਾਂ ਅਸੀਂ ਤੇਲ ਸਾਲਾ ਨਾ ਮਾਸ਼ਾਅੱਲਾ ਕਿਆ ਹੀ ਬਾਤ ਹੈ, ਬਿਲਕੁਲ ਜੀ ਬਿਲਕੁਲ ਜੀ ਸਾਹ ਸਾਹਿਬ ਗੱਲ ਕਰੋ ਤਾਂ ਜਨਾਬ ਇਹ ਦੁੱਮ ਹੈ, ਯਕੀਨ ਕਰੋ ਅਗਰ ਬਾੜੀ ਸ਼ਾਦੀ ਹੋਣੀ ਸੀ ਨਾ ਤਾਂ ਅਡੀਕ ਨਾ ਬੱਚਿਆ ਜਿੱਦੋਂ ਜਿੱਦੋਂ ਪੂਰੀ ਫੋਟੀ ਤੁਰਨੀ ਜਾ ਰਿਹਾ ਜਨਾਬ ਇਸੇ ਸਾਰੀ ਬੋਲੀਆਂ ਲਹਿੰਗਾ ਵੀ ਬਹੁਤ ਸੋਹਣਾ ਆ
ਸਾਰਾ ਵਟਸਐਪ ਮੈਂਸ਼ਨ ਹੈ, ਅਗਰ ਸਾਡੀ ਸਰ ਬੁੱਕ ਕਰਨਾ ਚਾਹੇ ਲਿੰਕ ਵਾਸਤੇ ਦੱਸੀ ਹੋ ਤਾਂ ਬਾਕੀ ਸਰ ਪਤਾ ਹੈ ਕਿ ਲੌਂਗ ਕਮੀਜ਼ ਕੈਜੂਅਲ ਹੈ, ਫੈਂਸੀ ਹੈ, ਲੌਂਗ ਕਮੀਜ਼ ਦਾ ਟ੍ਰੈਂਡ ਹੈ। ਬੈਕ ਸੈਟ ਟੋਕੋ ਬਹੁਤ ਹੀ ਪਿਆਰੀ ਤਾਂ ਇਹ ਇਸਕੀ ਲੱਗੀ ਹੋਈ ਗੁੰਮ ਸੀ। ਇਹ ਗੁੰਮ ਸੀ ਪੈਗ ਬਸ। ਵਾਹ ਜੀ ਲਹਿੰਗਾ ਲਹਿੰਗਾ ਸ਼ਾਹੀ ਲਵਾਉਣਾ ਤਾਂ ਦੁਪੱਟਾ ਵੀ ਲਵਾਉਣਾ ਬਾਕੀ ਵੀ ਬੜਾ ਸੋਹਣਾ ਇਹ ਵੀ ਪਹਿਲਾਂ ਲਹਿੰਗਾ ਸੀ ਨਾ ਉਸ ਸਾਰੇ ਤੇਲ ਬਸ ਲਹਿੰਗਾ ਸੀ ਪਰ ਕੰਮ ਨਹੀਂ ਸਿਰਫ ਤਾਂ ਕਿਸੇ ਨੂੰ ਮਾਸ਼ਾਅੱਲਾ ਕਿੰਨਾ ਪਿਆਰਾ ਹੋਇਆ ਸਾਰਾ ਹੈਂਡਮੇਡ ਕੋਰੇ ਨਾ ਸਟੋਨ ਵਰਕ ਇਹ ਪਿੱਪਲ ਗਿਰਾਉਣੀ ਵੀ ਜਿਹੜੇ ਲੋਕਾਂ ਕੰਮ ਕੀਤਾ ਵਾ ਉਹ ਅਗਰ ਤਕਸਨ ਤਾਂ ਵਾਕਈ ਇਹ ਬਾਸਨ ਕਿ ਇਹ ਜਿਹੜੀ ਗ੍ਰੀਨ ਗ੍ਰੀਨ ਹੈ ਨਾ ਇਹ ਪਿੱਪਲ ਗਿਰਾਇਆ ਇਸ ਕੀ ਆਖਣੇ ਵਾਇਰਾਂ ਵਾਇਰਾਂ ਇਹ ਜਿਹੜੇ ਵਿੱਚ ਹੋਣੇ ਨਾ ਇਹ ਲਈ ਇਹਦਾ ਇਸ ਕੀ ਮੋਤੀ ਆਖਣੇ ਤਾਂ ਇਹ ਜਿਹੜਾ ਹੈ ਨਾ ਇਹ ਵਾਲਾ ਇਸ ਕੀ ਦਬਕਾ ਆਖਣੇ ਬਾਕੀ ਬਹੁਤ ਹੀ ਪਿਆਰੀ ਚੀਜ਼ ਤਿਆਰ ਹੋਏਗੀ ਤੁਸੀਂ ਖੋਲ੍ਹਣ ਵਾਸਤੇ ਵੀ ਯਕੀਨ ਕਰੋ ਬੜਾ ਤੇਲ ਲਵਾਂਗੇ ਇੰਡੀਅਨ ਟੱਪ ਹੈ ਸ਼ੋਰਟ ਟੱਪ ਨੇ ਆਇਆ ਨੇ ਇਸ ਨੂੰ ਅਗਰ ਤੁਸਾਂ ਕਿ ਇਸਨੀ ਜਿਹੜੀ ਬਾਜ਼ੂ ਦੀ ਲੈਂਥ ਹੈ ਨਹੀਂ ਪਸੰਦ ਬਾਜ਼ੂ ਛੋਟੇ ਵੀ ਹੋ ਸਕਦੇ ਹਨ ਮੀਨਸ ਇਹ ਕਿ 9 ਇੰਚ 10 ਇੰਚ ਅਤੇ ਬਾਜ਼ੂ 9-10 ਇੰਚ ਹੋਏ ਲੇਕਿਨ ਇਹਨਾਂ ਨੇ ਆਪਣੀ ਮਰਜ਼ੀ ਸੀ ਇਹਨਾਂ 3/4 ਰੱਖੇ ਮੀਨ ਕੁੜੀ ਨੇ ਜਿਹੜੀ ਬਾਂਹ ਆ ਨਾ ਉਸਨੇ 3/4 ਰੱਖੇ
ਤਾਂ ਵੈਸੇ ਆਮ ਜਿਹੜੀ ਲੈਂਥ ਹੋਣੀ ਨਾ 3/4 19 ਇੰਚੀਜ਼ ਹੋਣੀ। ਬਹੁਤ ਸੋਹਣਾ ਕਲਰ, ਮਤਲਬ ਕਲਰ ਕੰਬੀਨੇਸ਼ਨ ਵੀ ਵੈਸੇ ਬਹੁਤ ਪਿਆਰਾ ਹੈ। ਇਹ ਵੀ ਬਸ ਸਾਡਾ ਦੁਪੱਟਾ ਮਾਨ ਸਾਹਿਬ ਜਿਹੜਾ ਕਿਸੇ ਚਾਰੇ ਕੰਨੀਆਂ ਸਾਲੋਂ ਵਾਲਾ ਉੱਤੇ ਸਭ ਤੋਂ ਸ਼ੁਰੂ ਕਰੋ। ਬਹੁਤ ਹੀ ਪਿਆਰਾ ਵੀ ਬਸ ਕੰਮ ਹੋਇਆ ਵਾ ਔਰ ਫੁੱਲ ਜਾਲ ਲਹਿੰਗਾ ਹੈ ਔਰ ਇੰਗਲੈਂਡ ਦੇ ਲਹਿੰਗੇ ਨੇ। ਇੰਗਲੈਂਡ 'ਚ ਪਤਾ ਕਿ ਜ਼ਿਆਦਾਤਰ ਜਿਹੜਾ ਫੈਂਸੀ ਕੰਮ ਜਾਣਾ ਨਾ ਉਹ ਆਉਣਾ ਇੰਡੀਆ। ਇਸੇ ਪਤਾ ਕਿ ਈਦ ਮਿਲਾਦੁਨ ਨਬੀ ਨਾ ਮਿਲਣਾ ਆ ਇਸ ਹਵਾਲੇ ਨਾਲ ਸਾਰੇ ਮੁਹੱਲੇ 'ਚ ਐਜ਼ ਯੂਜ਼ੁਅਲ ਚਿਰਾਗਾਂ ਹੋ ਰਿਹਾ ਅਜੇ ਅਨਕੰਪਲੀਟ ਹੈ ਫਾਈਅਰ ਸਾਰੇ ਲਾਟਾਂ ਸ਼ਾਟਾਂ ਲਾਸਨ ਹੋ ਜਾਓ ਔਰ ਫਨੂਸ ਲੱਗ ਸਨ ਫਲੈਸ਼ਰ ਲੱਗ ਸਨ ਇਸ ਕੋਠੀ ਪਰ ਵੀ ਲੱਗ ਸਨ ਔਰ ਉਗਲੀ ਕੋਠੀ ਹੈ ਨਾ ਉਸੇ ਫਿਰ ਲਾਉਣੇ ਹੋਣੇ ਅਤੇ ਬਾਕੀ ਇਹ ਬੱਚੇ ਲੁਤਫਨਦੋਜ਼ ਹੋਣੇ ਪਏ ਸਥਾਨੀਆਂ ਨਾਲ।